ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਪਾਇਆ ਪੈਟਰੋਲ ਨਿਕਲਿਆ ਪਾਣੀ। ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਕਸਬਾ ਭਿੱਖੀਵਿੰਡ ਦੇ ਖੇਮਕਰ ਰੋਡ 'ਤੇ ਸਥਿਤ ਇੰਡੀਅਨ ਆਇਲ ਕੰਪਨੀ ਦੇ ਪੰਪ 'ਤੇ ਲੋਕਾਂ ਨੂੰ ਪੈਟਰੋਲ ਦੀ ਜਗ੍ਹਾ ਪਾਇਆ ਜਾਂਦਾ ਹੈ ਪਾਣੀ। ਇਸ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਮੱਖੀ ਕਲਾ ਦੇ ਵਿਅਕਤੀ ਰਵੇਲ ਸਿੰਘ ਨੇ 500 ਰੁਪਏ ਦਾ, ਸੁਖਚੈਨ ਸਿੰਘ ਨੇ 100 ਰੁਪਏ ਦਾ ਅਤੇ ਦੀਪਕ ਕੁਮਾਰ ਨੇ 150 ਰੁਪਏ ਦਾ ਪੈਟਰੋਲ ਪਵਾਇਆ। ਅਤੇ ਜਦੋਂ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਵੀ ਸਟਾਰਟ ਕਰਨ 'ਤੇ ਮੋਟਰਸਾਈਕਲ ਸਟਾਰਟ ਨਾ ਹੋ ਸਕਿਆ। ਤਾਂ ਜਦੋਂ ਇਹਨਾਂ ਵਿਅਕਤੀਆਂ ਨੇ ਮੋਟਰਸਾਈਕਲ ਦੀ ਪੈਟਰੋਲ ਵਾਲੀ ਪਾਈਪ ਖੋਲ੍ਹੀ ਤਾਂ ਮੋਟਰਸਾਈਕਲ ਵਿੱਚੋਂ ਪੈਟਰੋਲ ਦੀ ਜਗ੍ਹਾ ਪਾਣੀ ਨਿਕਲਿਆ, ਜਿਸ ਨਾਲ ਇਲਾਕੇ ਭਰ ਵਿੱਚ ਸਨਸਨੀ ਫੈਲ ਗਈ ਅਤੇ ਸਮੂਹ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਪ ਉੱਪਰ ਧਰਨਾ ਲਗਾ ਦਿੱਤਾ। ਇਸ ਸੰਬੰਧੀ ਦੂਜੇ ਪਾਸੇ ਇਸ ਘਟਨਾ ਦੀ ਸੁੰਦਕ ਮਿਲਦਿਆਂ ਇੰਡੀਅਨ ਆਇਲ ਕੰਪਨੀ ਦੇ ਕੁਝ ਅਧਿਕਾਰੀ ਪੰਪ ਦੀ ਚੈਕਿੰਗ ਲਈ ਪੁੱਜੇ ਅਤੇ ਨਾਲ ਹੀ ਭਿੱਖੀਵਿੰਡ ਥਾਣਾ ਦੇ SHO ਮਨਜਿੰਦਰ ਸਿੰਘ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀਆਂ ਵੱਲੋਂ ਤੁਰੰਤ ਹੀ ਪੰਪ ਦੀ ਸੇਲ ਨੂੰ ਰੋਕਦਿਆਂ ਲੋਕਾਂ ਦੀ ਮੰਗ 'ਤੇ ਪੰਪ ਦੀਆਂ ਮਸ਼ੀਨਾਂ ਨੂੰ ਸੀਲ ਲਗਾ ਦਿੱਤੀ। ਪਰੰਤੂ ਦੂਜੇ ਪਾਸੇ ਧਰਨਾ ਲਗਾ ਕੇ ਬੈਠੇ ਆਮ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪ੍ਰਜੋਰ ਮੰਗ ਕੀਤੀ ਕਿ ਇਸ ਪੰਪ ਨੂੰ ਤੁਰੰਤ ਬੰਦ ਕੀਤਾ ਜਾਵੇ। ਦੱਸਣਯੋਗ ਗੱਲ ਇਹ ਵੀ ਹੈ ਕਿ ਪੰਪ ਦੀਆਂ ਕਈ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ ਅਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰੰਤੂ ਇਸ ਪੰਪ ਉੱਪਰ ਕਾਰਵਾਈ ਕਰਨ ਤੋਂ ਉੱਚ ਅਧਿਕਾਰੀ ਕੰਨੀ ਕਤਰਾਉਂਦੇ ਹਨ। ਅਤੇ ਧਰਨੇ 'ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਦੇ ਮਹਿੰਗੇ ਹੋਣ ਕਾਰਨ ਪਹਿਲਾਂ ਹੀ ਸਾਡਾ ਲੱਕ ਟੁੱਟ ਚੁੱਕਾ ਹੈ, ਪਰੰਤੂ ਇਹਨਾਂ ਪੰਪ ਦੇ ਮਾਲਕਾਂ ਵੱਲੋਂ ਪਾਣੀ ਮਿਲਾ ਕੇ ਪੈਟਰੋਲ ਵੇਚਿਆ ਜਾ ਰਿਹਾ ਹੈ, ਜਿਸ ਨਾਲ ਸਾਡੀਆਂ ਗੱਡੀਆਂ ਅਤੇ ਮੋਟਰਸਾਈਕਲ ਜੋ ਖਰਾਬ ਹੋ ਰਹੇ ਹਨ, ਜਿਸ ਨਾਲ ਸਾਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਪਰੰਤੂ ਇਸ ਪੰਪ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੰਬੰਧੀ ਉਹਨਾਂ ਤਰਨ ਤਾਰਨ ਦੇ DC ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਪਾਸੋਂ ਪ੍ਰਜੋਰ ਮੰਗ ਕੀਤੀ ਕਿ ਇਸ ਪੰਪ ਨੂੰ ਸੀਲ ਕਰਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੋਲਨ ਅਤੇ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਕਦੋਂ ਤੇਲ ਪਵਾਇਆ ਸੀ ਤਾਂ ਖਾਲਸਾ ਕੈਮਰਾ ਮੈਂ ਅਧਿਕਾਰ ਸ਼ਹੀਦ ਭਗਤ ਸਿੰਘ ਸੰਗਠਨ ਦਾ ਪੰਜਾਬ ਦਾ ਚੇਅਰਮੈਨ ਲੱਖਾ ਸਿੰਘ ਬਿਲਟੂਆ, ਹਰਬੇਗ ਸਿੰਘ ਮੱਕੀ ਕਲਾ ਡਾਇਰੈਕਟਰ ਤਰਨ ਤਾਰਨ ਜ਼ਿਲ੍ਹਾ ਕੌਮ ਬੈਂਕ, ਉਹਨਾਂ ਨੇ ਸਵੇਰੇ ਅੱਜ 500 ਦਾ ਤੇਲ ਪਵਾਇਆ, ਜਿਸ ਦੇ ਵਿੱਚ 1% ਵੀ ਤੇਲ ਨਹੀਂ ਹੈਗਾ, ਸਾਰਾ ਹੀ ਪਾਣੀ ਆ। ਦੂਸਰਾ ਇੱਕ ਹੋਰ ਵਿਚਾਰਾ ਗਰੀਬ ਮਜ਼ਦੂਰੀ ਕਰਨ ਚੱਲਿਆ, ਉਹਨੇ 100 ਰੁਪਈਏ ਦਾ ਤੇਲ ਪਵਾਇਆ ਅਤੇ 100 ਦਾ ਤੇਲ ਪਵਾਇਆ, ਉਹਦੇ ਵਿੱਚੋਂ ਸਿਰਫ ਮਾੜਾ ਜਿਹਾ ਤੇਲ ਦੀਦਾ, ਬਾਕੀ ਸਾਰਾ ਪਾਣੀ ਆ। ਇੱਕ ਮੇਰਾ ਵੀਰ ਆ ਕੁੱਕੜ ਵੇਚਦਾ ਮੁਰਗੇ, ਉਹਦਾ ਵੀ ਆ ਵੇਖੋ, ਮਤਲਬ ਆਹ ਮੇਰਾ ਵੀਰ ਮੁਰਗੇ ਵੇਚਦਾ ਆ, ਇਹਨੇ ਵੀ 100 ਦਾ ਤੇਲ ਪਵਾਇਆ ਅਤੇ ਇਹਦਾ ਵੀ ਉਹ 100 ਰੁਪਈਆ ਮਿਸਤਰੀ ਨੂੰ ਦੇ ਗਿਆ, ਦਿਹਾੜੀ ਮਰ ਗਈ ਆ, ਕੋਈ 5-4 ਵਿੱਚ ਦੇ ਚੂਚੇ ਵਿਚਾਰੇ ਦੇ ਖਰਾਬ ਹੋ ਗਏ ਆ। ਇਹ ਗਰੀਬਾਂ ਨਾਲ ਬਹੁਤ ਜ਼ਿਆਦਾ ਜਾਸਤੀ ਅਤੇ ਧੱਕੇਸ਼ਾਹੀ ਹੋਣ ਡਈ ਆ। ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਵੀ ਜਿਹੜੇ ਇਹੋ ਜਿਹੇ ਪੰਪ ਆ ਉਹ ਸੀਲ ਹੋਣੇ ਚਾਹੀਦੇ ਆ, ਕਿਉਂ ਕਿਸਾਨ ਅਤੇ ਗਰੀਬ ਪਹਿਲਾਂ ਹੀ ਕਰਜ਼ੇ ਨਾਲ ਲਤਾੜੇ ਹੋਏ ਆ, ਅਤੇ ਜੇ ਹੁਣ ਇਹੋ ਜਿਹੇ ਲੋਟੂ ਜਿਹੜੇ ਲੁੱਟੀ ਜਾਣ, ਪਹਿਲਾਂ ਨਸ਼ਿਆਂ ਨੇ ਮਾਰਤਾ ਕਿਸਾਨਾਂ ਨੂੰ, ਉਹਨਾਂ ਨੂੰ ਉੱਠਣ ਨਹੀਂ ਦਿੱਤਾ, ਗਰੀਬਾਂ ਨੂੰ ਉੱਠਣ ਨਹੀਂ ਦਿੱਤਾ, ਜੇ ਕਰਜ਼ੇ ਚੁੱਕ ਚੁੱਕ ਕੇ ਕੋਈ ਕਾਰ ਕੋਈ ਮੋਟਰਸਾਈਕਲ ਕੋਈ ਲਾਉਣ 'ਤੇ ਲੈਂਦੇ ਆ, ਅਤੇ ਜਿਹੜੇ ਮਾੜੇ ਤੇਲ ਇਹੋ ਜਿਹੇ ਪਾਉਂਦੇ ਆ ਉਹ ਬੇੜਾ ਗਰ ਕਰਦੇ ਆ। ਇਹਨਾਂ ਦੇ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਪੰਪ ਜਿਹੜਾ ਸੀਲ ਕੀਤਾ ਜਾਵੇ ਅਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। SHO ਸਾਹਿਬ ਆਏ ਕੀ ਤੁਹਾਨੂੰ? SHO ਸਾਹਿਬ ਆਏ, SHO ਸਾਹਿਬ ਇੱਕ ਬੰਦਾ ਫੜ ਕੇ ਲੈ ਗਏ ਆ, ਉਹ ਕਹਿੰਦੇ ਆ ਵੀ ਜਿਹੜਾ ਪੰਪਾਂ ਦਾ ਮਹਿਕਮਾ ਆ ਉਹਦੇ ਨਾਲ ਗੱਲਬਾਤ ਕਰੋ।
ਠੀਕ ਹੈ। ਅਗਰ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੀ ਕਰੋਗੇ ਤੁਸੀਂ? ਕਾਰਵਾਈ ਨਾ ਹੋਈ, ਅਸੀਂ ਆਪਣੀ ਜਥੇਬੰਦੀ ਵੱਲੋਂ, ਸਮੁੱਚੀ ਟੀਮ ਵੱਲੋਂ, ਸਾਰੀਆਂ ਪਾਰਟੀਆਂ ਵੱਲੋਂ, ਜਥੇਬੰਦੀਆਂ ਵੱਲੋਂ ਧਰਨਾ ਦੇਵਾਂਗੇ। ਨਾ ਹੀ ਪੰਪ 'ਤੇ ਤੇਲ ਪੈਣ ਦੇਵਾਂਗੇ ਅਤੇ ਨਾ ਹੀ ਇੱਥੇ ਕੋਈ ਗਾਹਕ ਆਉਣ ਦੇਵਾਂਗੇ। देखिए मसला ये हुआ है, कल रात को बहुत ज़्यादा बारिश होने की वजह से पानी जो है कहीं से रिस के टैंक के अंदर चला गया है, पेट्रोल के टैंक, तो उसमें जो है पानी निकला। नहीं सर, जो पब्लिक कह रही है भी वो केमिकल है जेड़ा। देखिए केमिकल नहीं है वो, हमने जो चेक किया, हमने उसको, हमारा एक वाटर टेस्ट होता है, हमने जब चेक किया तो उसमें टेस्ट पॉजिटिव पाया गया, उसमें वो पानी है। सर कितनी मात्रा में पानी पाया गया? मात्रा कहना मुश्किल है, बट उसकी डेंसिटी भी जो है, जो नॉर्मल पेट्रोल होता है उससे ज़्यादा डेंसिटी आ रही है, जिससे पता लगता है कि पानी जो है काफ़ी मात्रा में है उसमें। सर महकमे में उनकी कार्रवाई कितनी होगी? महकमे की कार्रवाई, हमने सैंपल वगैरह ड्रॉ किए हैं, तो इसको अभी सेल हमने बंद कर दी गई है जब तक आगे का हमको ऑर्डर मिलेगा। ठीक है। तो सर डीजल में की पाया गया? डीजल के बीच कुछ पाया नहीं गया, डीजल बिल्कुल प्योर है, डीजल में कोई पानी नहीं है, डीजल की डेंसिटी बिल्कुल मैच करती है। सर जो कंस्ट्रक्शन कराया जाएगा कंपनी वालों कराया गया या प्राइवेट करवा रहे थे? ये कंपनी कॉन्ट्रैक्टर से कराती है कंस्ट्रक्शन। तो सर ये वाला वर्क जो कंस्ट्रक्शन कंपनी करवा रही थी या प्राइवेट वो आप करा रहे थे ऑनर? कंपनी कॉन्ट्रैक्टर से कराती है। ये वर्क कंपनी करवा रही थी कि या वो आप करा रहे थे, खुद करा रहे थे? नहीं कंपनी कराती है कॉन्ट्रैक्टर से। ਇੱਥੇ ਸਰ ਪੰਪ 'ਤੇ ਅੱਜ ਜਿਹੜੀ ਆ ਘਟਨਾ ਵਾਪਰੀ ਆ, ਵੀ ਪਬਲਿਕ ਕਹਿ ਰਹੀ ਹੈ ਵੀ ਜਿਹੜਾ ਪੰਪ ਦੇ ਉੱਤੇ ਨਿਹਰਾ ਪਾਣੀ ਪਾਇਆ ਜਾ ਰਿਹਾ, ਉਹ ਸਰ ਕੀ ਮਸਲਾ ਅਤੇ ਕੀ ਕਾਰਵਾਈ ਜਿਹੜੀ ਉਹ ਤੁਸੀਂ ਕਰ ਚੱਲੇ ਜੀ? ਇੰਡੀਅਨ ਓਇਲ ਕੰਪਨੀ ਦਾ ਇੱਕ ਰਾਜ ਐਂਡ ਕੰਪਨੀ ਕਰਕੇ ਐਂਡ ਸਨ ਕੰਪਨੀ ਕਰਕੇ ਆ, ਅਤੇ ਚਲਾ ਰਹੇ ਨੂੰ ਰਿਲੀਜ਼ 'ਤੇ ਚਲਾ ਰਹੇ ਆ ਇਹ। ਹਾਂਜੀ, ਇਹਨਾਂ ਦੀ ਕੋਈ ਪਾਰਟੀ ਆ, ਵੀ ਕੰਪਲੇਂਟ ਆਈ ਸੀ ਕਿ ਇਹ ਕਾਫੀ ਜਿਹੜੇ ਕਸਟਮਰ ਆ ਜੋ ਦੋਨਾਂ ਤਿੰਨਾਂ ਨੇ ਇਹਨਾਂ ਨੂੰ ਜਿਹੜਾ ਮਿਲਾਵਟੀ ਦਾ ਤੇਲ ਉਹ ਦਿੱਤਾ, ਉਸ ਤੋਂ ਬਾਅਦ ਜਿਹੜੀ ਆ ਇੱਕ ਸਪਲਾਈ ਦਾ ਅਫਸਰ ਟੀਮ ਅਤੇ ਨਾਲ ਹੀ ਜਿਹੜੀ ਇੰਡੀਅਨ ਓਇਲ ਦੀ ਜਿਹੜਾ ਇਹਨਾਂ ਦਾ ਕੰਟਰੈਕਟ ਹੁੰਦਾ ਇੰਡੀਅਨ ਓਇਲ ਦਾ, ਉਹਦੀਆਂ ਦੋਨੋਂ ਟੀਮਾਂ ਸੱਦੀਆਂ ਗਈਆਂ ਜਿਨ੍ਹਾਂ ਨੇ ਮਸ਼ੀਨਾਂ ਦੇ ਚੈੱਕ ਦੇ ਸਟੋਕ ਚੈੱਕ ਕੀਤਾ ਗਿਆ, ਪਰ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਨੂੰ ਚਲਾ ਕੇ ਤੇਲ ਦੀ ਸਪਲਾਈ ਦਿੱਤੀ ਗਈ ਹੈ, ਜਿਹਦੇ ਵਿੱਚ ਪਤਾ ਲੱਗਾ ਕਿ ਟੋਟਲੀ ਪਾਣੀ ਜਾਂ ਅਲਟਰਾਟੇਸ਼ਨ ਕੀਤਾ ਹੋਇਆ ਕੈਮੀਕਲ ਆਇਆ, ਉਹਨੂੰ ਅਸੀਂ ਵੀ ਆਪਣੀ ਕਸਟਡੀ 'ਚ ਲੈ ਲਿਆ ਅਤੇ ਇਹਨਾਂ ਨੇ ਵੀ ਸੀਲ ਕਰ ਲਿਆ, ਉਹਨਾਂ ਨੂੰ ਮੈਚਿੰਗ ਕਰਵਾਇਆ ਜਾਊਗਾ। ਇਹ ਹੁਣ ਮੈਂ ਨਹੀਂ ਸਰ, ਪਬਲਿਕ ਕਹਿ ਰਹੀ ਆ ਵੀ ਇਹ ਕੈਮੀਕਲ ਆ, ਅਤੇ ਜਿਹੜੇ ਇੰਸਪੈਕਟਰ ਆਏ ਆ ਉਹ ਕਹਿ ਰਹੇ ਆ ਜੀ ਇਹ ਪਾਣੀ ਆ, ਇਹਦਾ ਸਰ ਕੀ ਮਸਲਾ ਹੈ? ਦੇਖੋ ਉਹ ਦੋਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਕੇ ਦੇਖਿਆ ਜਾਊਗਾ ਵੀ ਇਹ ਕੈਮੀਕਲ ਹੈ ਕਿ ਪਾਣੀ ਹੈ, ਇਹਦੇ ਵਿੱਚ ਅਸੀਂ ਨਹੀਂ ਦੱਸ ਸਕਦੇ, ਰੰਗ ਤੋਂ ਜਾਂ ਉਹਦੀ ਲਿਕੁਇਡ ਮਾਤਰਾ ਤੋਂ ਨਹੀਂ ਦੱਸ ਸਕਦੇ। ਤੁਹਾਡੇ ਮੁਤਾਬਕ ਸਰ ਕੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ? ਉਹਦੇ ਵਿੱਚ ਅਲਟਰਾਟੇਸ਼ਨ ਜਿਹਨਾਂ ਨੇ ਕੀਤੀ ਹੈ ਉਹਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ, ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਮੈਂ ਹੁਣ ਇਹਨਾਂ ਸਾਰਿਆਂ ਦੇ ਬਿਆਨ ਲੈ ਕੇ ਤੁਰੰਤ ਕਾਰਵਾਈ ਕਰਕੇ। ਸਰ ਜੇ ਪੰਪ ਵਾਲੇ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਹੋਊਗੀ? ਸੀਲ ਤਾਂ ਜੀ ਸਟੇਟਵੇ ਸੀਲ ਬਣਦਾ, ਉਹਨਾਂ ਨੇ ਕਰ ਦਿੱਤਾ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਉਹ ਮਿਲਾਵਟ ਕਰਨ ਦੇ ਵਿੱਚ ਦੋਸ਼ੀ ਹੁਣੇ ਸਿੱਧ ਹੁੰਦੇ ਆ, ਬਿਆਨਾਂ ਦੇ ਜ਼ਮੀਨ ਦਿੰਦੇ ਆ, ਅਤੇ ਔਨ ਦਾ ਸਪੋਰਟ ਕਾਰਵਾਈ ਕੀਤੀ। ਇਹਨਾਂ ਦੀ ਅੱਗੇ ਵੀ ਕੰਪਲੇਂਟ ਆ ਚੁੱਕੀ ਹੈ? ਅੱਗੇ ਵੀ ਕੰਪਲੇਂਟ ਆ ਚੁੱਕੀ ਹੈ, ਹੁਣ ਸਬੂਤਾਂ ਦੇ ਨਾਲ ਆਈ ਆ, ਹੁਣ ਕਾਰਵਾਈ ਤੋਂ ਮਨਾ ਨਹੀਂ ਕੀਤਾ। ਠੀਕ ਹੈ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ, ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।